ਹੋਰ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਅੱਜ ਅਸੀਂ ਮਸਕਟ ਜਿਹੜੀ ਕਿ ਕੈਪੀਟਲ ਹੈਗੀ ਆ ਓਮਾਨ ਦੀ, ਉੱਥੇ ਅਸੀਂ ਆਏ ਹਾਂ। ਅਤੇ ਸਾਡੀ ਅੱਜ ਮੈਂ ਪਹਿਲਾ ਫਸਟ ਡੇ ਹੈ ਸਾਡਾ ਆਪਣਾ। ਅਤੇ ਅਸੀਂ ਇਹ ਹੋਟਲ ਬੁੱਕ ਕੀਤਾ ਸੀ, ਹੋਟਲ ਅਲ ਮਦੀਨਾ ਹੋਲੀਡੇ। ਅਤੇ ਇਹਦੇ ਨਾਲ ਹੀ ਜਿਹੜਾ ਕਿ ਗੁਰਦੁਆਰਾ ਸਾਹਿਬ ਸਿੰਘ ਸਭਾ ਗੁਰਦੁਆਰਾ ਉਹਦੇ ਨਾਲ ਹੀ ਆ, ਇੱਥੋਂ 15 ਕੁ ਕਿਲੋਮੀਟਰ ਆ। ਤਾਂ ਅਸੀਂ ਆਪਾਂ ਹੁਣ ਚੱਲੇ ਹਾਂ ਮਾਰਕੀਟ, ਅਤੇ ਅਸੀਂ ਪਹਿਲਾਂ ਹੁਣ ਸਿਮ ਟਰਾਈ ਕਰਾਂਗੇ। ਅਸੀਂ ਵੈਸੇ ਏਅਰਪੋਰਟ 'ਤੇ ਵੀ ਸਿਮ ਟਰਾਈ ਕੀਤੀ ਸੀ, ਬਟ ਏਅਰਪੋਰਟ ਦੇ ਵਿੱਚ ਸਾਨੂੰ 4 ਦਰਾਮ ਦੀ ਸਿਮ, 4 ਓਮਾਨੀ ਰਿਆਲ ਦੀ ਸਿਮ ਮਿਲਦੀ ਪਈ ਸੀ। ਬਟ ਆਪਾਂ ਸੋਚਿਆ ਕਿ ਕਿਸੇ ਨੇ ਸਾਨੂੰ ਸੁਜੈਸਟ ਕੀਤਾ ਕਿ ਤੁਸੀਂ ਇਸ ਤਰ੍ਹਾਂ ਕਰੋ, ਲੋਕਲ ਮਾਰਕੀਟ ਜਾਓ, ਇੱਥੇ ਉੱਥੇ ਤੁਹਾਨੂੰ 2 ਜਾਂ 3 ਰਿਆਲ ਦੀ ਤੁਹਾਨੂੰ ਸਿਮ ਮਿਲ ਜਾਏਗੀ। ਅਤੇ ਅਸੀਂ ਹੁਣ ਚੱਲੇ ਹਾਂ ਲੋਕਲ ਮਾਰਕੀਟ, ਤਾਂ ਚਲੋ ਤੁਹਾਨੂੰ ਦਿਖਾਉਂਦੇ ਹਾਂ ਕੁਛ ਲੋਕਲ ਮਾਰਕੀਟ ਦਾ। ਬਿਲਕੁਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਆਪਾਂ। ਗੁਰਦੁਆਰਾ ਸ਼੍ਰੀ ਸਿੰਘ ਸਭਾ ਗੁਰਦੁਆਰਾ ਸਾਹਿਬ, ਇਹ ਸਾਡੇ ਹੋਟਲ ਤੋਂ 5 ਮਿੰਟ ਦਾ ਰਸਤਾ ਜੀ। 5 ਮਿੰਟ ਦਾ ਰਸਤਾ, ਸਾਨੂੰ 15 ਮਿੰਟ ਲੱਗ ਗਏ ਕਿਉਂਕਿ ਅਸੀਂ ਪੁੱਛਦੇ ਆਏ ਹਾਂ। ਸਾਡੇ ਕੋਲ ਸਿਮ ਕਾਰਡ ਹੈ ਨਹੀਂ ਸੀ। ਚਲੋ, ਰੋਡ ਬਹੁਤ ਖਸਤਾ ਹਾਲ ਹੈ, ਡਿਵੈਲਪਮੈਂਟ ਨਹੀਂ ਨਾ ਇੱਧਰਲੀ ਏਰੀਆ 'ਚ ਉੱਪਰ ਉਹਨਾਂ ਨੇ ਕੀਤੀ ਆਪਣੀ। ਮੋਦੀ ਇੱਥੇ ਸਮਾਰਟ ਸਿਟੀ ਬਣਾ ਰਿਹਾ। ਹਾਂ, ਇਹ ਵੀ ਉਹ ਰੋਡ ਦਾ ਹਾਲ ਇੰਡੀਆ ਦਾ ਜੀ। ਏਰੀਆ ਥੋੜ੍ਹਾ ਭਾਰੀ ਏਰੀਆ ਪੈ ਜਾਂਦਾ ਨਾ, ਕੰਸਟਰਕਸ਼ਨ ਜ਼ਿਆਦਾ ਚੱਲ ਰਹੀ ਇੱਧਰ। ਪਹੁੰਚ ਗਿਆ ਗੁਰਦੁਆਰਾ ਸਾਹਿਬ ਸਿੰਘ ਸਭਾ। ਇਹੋ ਹੀ ਆ, ਹਾਂ ਜੋੜਾ। ਹਾਂ, ਇੱਥੇ ਨਿਸ਼ਾਨ ਸਾਹਿਬ ਵਗੈਰਾ ਤਾਂ ਕੋਈ ਲਾਇਆ ਨਹੀਂ ਇਹਨਾਂ ਨੇ, ਜੋੜਾ ਘਰ ਇੱਧਰ। ਹਾਂ, ਗੁਰਦੁਆਰਾ ਸਿੰਘ ਸਗਾ ਸਾਹਿਬ ਗਾਲਾ। ਲੰਗਰ ਦਾ ਵੀ ਅੰਦਰ ਪ੍ਰਬੰਧ ਹੈ।